यार कांग्रेस तो चोरों की पार्टी सी, उन्होंने वेले तो बड़े घटाले हुए, 2G घटाला, कोल घटाला, कॉमनवेल्थ घटाला, पर बीजेपी कह जी पार्टियां 10 साल एक भी घटाले नहीं हुए। बीके भाजी सही गल नहीं, मतलब आज तो 2 महीने पहला या महीना क पहला जो तुम कह रहे ना मैं थोड़ी गल मान लू भी घटाले नहीं सके। हाँ, क्योंकि सबूत है नहीं, घटाले से सबूत है नहीं। तो हम की हूँ की हो जिदे ना सुप्रीम कोर्ट ने अपने जो सुप्रीम कोर्ट वाले जज ने जो उन्होंने मंजी टोकी है वो यही मंजी टोकी है जो बॉन्ड का जो डेटा है ना बॉन्ड सिस्टम एक बनाया जुगाड़ बनाया सिस्टम बनाया कि इन्होंने एक बॉन्ड छापे, बॉन्ड का मतलब कागज छापे, स्क्रीन तुम देख रहे लवा ला दे कागज ने डाकू बंदूक लेके आंदे सीगे ईडी सीबीआई इनकम टैक्स GST पोल्यूशन वाले आ जिन्नियां भी संस्थावां सी करदे सी हुण इहदे चों की निकलिया मैं तुहानूं जिहड़ी गल कह रहा है सामने आ रही ने कड़ियां जोड़ियां जा रही ने कड़ियां नहीं जुड़ रही ने लोग कह रहे ने मैं जो लोग जो कह रहे हैं वो दसदा आ देखो हिंदुस्तान टाइम्स आ देखो सारे अखबारों ने छापिया ठीक है। ये जी की होया मान लो जिवें केजरीवाल अंदर किया केजरीवाल अंदर किवें किया एक बंदा है आ देखो आ तुसीं देखो स्क्रीन दे उत्ते आ जिहड़ा बंदा है ठीक है ये बंदे नूं इन्हां ने चक्किया ठीक है इहनूं चक्किया साउथ दा बंदा है इहनूं चक्क लिया ਇਹਨੂੰ ਕਹਿੰਦੇ ਕਿ ਭਾਈ ਤੂੰ ਦੱਸ ਤੂੰ ਪੈਸੇ ਕਿਵੇਂ ਦਿੱਤੇ ਉਹਨੇ 3-4 ਵਾਰੀਆਂ 'ਚ ਕੁਛ ਨਹੀਂ ਦੱਸਿਆ ਠੀਕ ਹੈ ਉਹਨੂੰ ਚੱਕ ਕੇ ਉਹਦੀ ਗ੍ਰਿਫਤਾਰੀ ਪਾਤੀ PMLA ਦੇ ਅੰਡਰ ਜਿਹੜਾ ਮਨੀ ਲਾਂਡਰਿੰਗ ਐਕਟ ਮਨੀ ਲਾਂਡਰਿੰਗ ਐਕਟ ਠੀਕ ਹੈ ਉਹਦੀ ਗ੍ਰਿਫਤਾਰੀ ਪਾਤੀ ਗ੍ਰਿਫਤਾਰੀ ਪਾਤੀ ਤੇ ਉਸ ਤੋਂ ਬਾਅਦ ਜਿਵੇਂ ਉਹਦੀ ਗ੍ਰਿਫਤਾਰੀ ਪਈ ਉਸ ਤੋਂ ਬਾਅਦ ਮੌਜੇ 35 ਤੋਂ ਲੈ ਕੇ 60 ਕਰੋੜ ਰੁਪਏ ਉਹਨਾਂ ਨੇ ਬੌਂਡ ਦੇ ਵਿੱਚ ਦਿੱਤਾ ਉਹ ਬੌਂਡ ਗਿਆ ਕਿਹਦੇ ਕੋਲ ਗਿਆ BJP ਕੋਲ ਅੱਛਾ ਹਾਂ ਉਹ ਪਹਿਲਾਂ ਤਾਂ ਪਤਾ ਲੱਗਦਾ ਨਹੀਂ ਸੀ ਇਹ ਤਾਂ SC ਨੇ ਜਾ ਕੇ ਡੇਟਾ ਸਾਂਝਾ ਕਰੋ ਪਹਿਲਾਂ ਤਾਂ ਇਹਨਾਂ ਨੇ ਸਿਸਟਮ ਬਣਾਇਆ ਸੀ ਕਿ ਦੱਸਣਾ ਹੀ ਨਹੀਂ ਕਿਸੇ ਨੂੰ ਘਾਟੇ ਭਾਰਤੀ ਗਰੁੱਪ ਨੇ ਜਿਹੜੀ ਉਹਨਾਂ ਦੀ 2 ਅੱਗੇ ਕੰਪਨੀਆਂ ਨੇ ਉਹਨਾਂ ਨੇ 100 ਕਰੋੜ ਰੁਪਏ ਦਿੱਤਾ ਤੇ ਘੰਟੇ 'ਚ ਕਿਵੇਂ ਦੇ ਸਕਦੇ ਫਿਰ ਉਹ ਪੈਸੇ ਉਹਨਾਂ ਨੇ ਪੈਸੇ ਦਿੱਤੇ ਉਸ ਤੋਂ ਬਾਅਦ ਖੁੱਲ੍ਹਿਆ ਜਗਾਨ ਦੇਖੋ ਖੁੱਲ੍ਹਿਆ ਲੋਕਾਂ ਨੇ ਕੱਢ ਲਿਆ ਕਿਹੜੀ ਕੰਪਨੀ ਕੀਤੀ ਹੈ ਇੱਕ ਕੰਪਨੀ ਦੀ ਦੂਜੀ ਕੰਪਨੀ ਨੇ ਦੂਜੀ ਦੀ ਤੀਜੀ ਕੰਪਨੀ ਸਬਸਿਡਰੀ ਸਿਸਟਰ ਕੰਸਰਨ ਜਿਹਨੂੰ ਕਹਿੰਦੇ ਹਾਂ ਠੀਕ ਹੈ ਉਹਦੇ 'ਚ ਕੀ ਹੋਇਆ ਨਿਕਲਿਆ ਕਿ ਬਾਈ 100 ਕਰੋੜ ਦੇ ਨੇੜੇ ਤੇੜੇ ਦਿੱਤਾ ਹੋਇਆ 100 ਕਰੋੜ ਰੁਪਏ ਦੇਣ ਦਿੱਤਾ ਉਹ ਜਿਹੜੇ ਟਾਈਮਾਂ 'ਤੇ ਦਿੱਤਾ ਉਦੋਂ ਬਾਅਦ ਕੀ ਹੋਇਆ ਉਹਨਾਂ ਨੂੰ ਸਪੈਕਟਰਮ ਦਿੱਤਾ ਉਹਨਾਂ ਨੂੰ ਸਪੈਕਟਰਮ ਅਲਾਟ ਕਰਤਾ ਸਰਕਾਰ ਨੇ ਅੱਛਾ ਉਹ ਦੇਖੋ ਸਪੈਕਟਰ ਲਾਉਣ ਦਾ ਮਤਲਬ ਕੀ ਹੋਇਆ ਕੋਇੰਸੀਡੈਂਟ ਦੇ ਗੰਦਾ ਲੇ ਇਹਨਾਂ ਮਨ ਕੋਇੰਸੀਡੈਂਟ ਤਾਂ ਨਹੀਂ ਹੈਗਾ ਇਹ ਕੋਇੰਸੀਡੈਂਟ ਬੜੇ ਤਕੜੇ ਕੋਇੰਸੀਡੈਂਸ ਹੈਗਾ ਮਤਲਬ ਜਿਹਨੇ ਚੰਦਾ ਦਿੱਤਾ ਉਹਨੂੰ ਹੀ ਮਿਲਿਆ ਜਾਂ ਤਾਂ ਉਹਨੂੰ ਕੰਟਰੈਕਟ ਮਿਲਿਆ ਜਾਂ ਉਹਨੂੰ ਸਪੈਕਟਰ ਮਿਲ ਗਿਆ ਜਾਂ ਉਹਨੂੰ ਕੁਛ ਨਾ ਕੁਛ ਉਹਨੂੰ ਮਿਲਿਆ ਜਾਂ ਉਹਦੇ ED ਦੀ ਰੇਟ ਪਈ ਸੀ ਬੰਦੇ ਨੂੰ ਚੱਕ ਲਿਆ ਉਹਨੇ ਚੰਦਾ ਦਿੱਤਾ ਉਹ ਤੋਂ ਬਾਅਦ ਕੇਸ ਖਤਮ ਹੋ ਗਿਆ ਜਾਂ ਉਸ ਕੇਸ ਦੇ ਅੱਗੇ ਕੁਛ ਨਹੀਂ ਕੀਤਾ ਗਿਆ ਜਾਂ ਉਸ ਬੰਦੇ ਨੂੰ ਬੇਲ ਦੇ ਦਿੱਤੀ ਗਈ
ਕਲੀਨ ਚਿੱਟ ਮਿਲ ਜਾਂਦੀ ਹੈ, ਕਲੀਨ ਚਿੱਟ ਮਿਲ ਜਾਂਦੀ ਹੈ ਯਾਰ, ਬੇਨ ਦੇ ਦਿੰਦੇ ਨੇ ਮਤਲਬ ਚਲੋ ਤਾਂ ਚੱਲੀ ਜਾਂਦੇ ਨੇ। ਮੈਂ ਜਮਾਂ ਪੰਜਾਬੀ ਚ ਆਪਣੇ ਵਾਲਿਆਂ ਨੂੰ ਸਮਝਾਤਾ ਵੀ ਮੋਕਰੀ ਗੱਲ ਕੀ, ਵੀ ਮੈਂ ਹੈਗਾ ਮੰਨ ਲਓ ਚੋਰ, ਮੇਰੇ ਤੇ ਪਈ ਰੇਡ ਕਿਸੇ ਵੀ ਸੈਂਟਰਲ ਏਜੰਸੀ ਦੀ ਰੇਡ ਪਈ ਵੀ ਲਖਵਿੰਦਰ ਸਿੰਘ ਤੂੰ ਠੱਗੀਆਂ ਮਾਰੀ ਜਾਂਦਾ, ਤੂੰ ਐਂ ਕਰੀ ਜਾਂਦਾ, ਤੇਰੇ ਤੇ ਪਰਚਾ ਆਉਂਦਾ, ਤੇਰੇ ਤੇ ਕੰਪਲੇਂਟ ਹੋਣਗਾ, ਤੂੰ ਇੰਨੇ ਰੁਪਏ ਤੈਨੂੰ ਜੁਰਮਾਨਾ ਪਊਗਾ। ਮੈਂ ਕਿਹਾ ਵੀ ਦੱਸੋ ਜੀ ਹੱਲ ਕੀ ਹੈ, ਉਹ ਕਹਿੰਦੇ ਵੀ ਹੱਲ ਕੁਝ ਨਹੀਂ ਗਾ, ਬਸ ਮੈਂ ਗਿਆ ਐਸ ਬੀ ਆਈ ਬੈਂਕ, ਉੱਥੇ ਜਾ ਕੇ ਮੈਂ ਉਹਨਾਂ ਨੂੰ ਕਿਹਾ 10 ਕਰੋੜ ਰੁਪਏ ਦੇ ਬੌਂਡ ਦੇ ਦਿਓ ਮੈਨੂੰ। ਉਹ ਬੌਂਡ ਮੈਂ ਲਿੱਤੇ ਤੇ ਮੈਂ ਉਹ ਪਾਰਟੀ ਨੂੰ ਦੇਤੇ, ਜਿਹੜੀ ਪਾਰਟੀ ਦੀ ਗੱਲ ਕਰ ਰਹੇ ਹਾਂ, ਮਤਲਬ ਜਿਵੇਂ ਬੀਜੇਪੀ ਨੇ ਸਭ ਤੋਂ ਜ਼ਿਆਦਾ 87 ਕਰੋੜ ਦੇ ਦਿੱਤੇ, ਸਾਡੇ ਨਾਲ ਵੱਧ ਬੀਜੇਪੀ ਨੂੰ ਮਿਲੇ, ਮੈਨੂੰ ਸਾਰਿਆਂ ਨੂੰ ਹੀ ਵਧੀਆ ਪਾਰਟੀ ਨੂੰ ਮਿਲੇ, ਜਿਹਦੀ ਜਿਹਦੀ ਸਰਕਾਰ ਸੀ ਉਹ ਵੱਲੋਂ ਪੰਜਾਬ 'ਚ ਪੰਜਾਬ ਦੀ ਸਰਕਾਰ ਹੈ। ਮੰਨ ਲਓ ਪਹਿਲੇ ਵਾਲੇ ਪੰਜਾਬ ਦੀ ਸਰਕਾਰ ਨੂੰ ਇਹ ਜਿਹਾ ਕੁਛ ਲੱਭਿਆ ਨਹੀਂ ਹਾਲੇ, ਪਰ ਮੈਂ ਇਗਜ਼ਾਮਪਲ ਦਿੰਦਾ, ਮੰਨ ਲਓ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਵੇਂ ਕਾਂਗਰਸ ਦੀ ਸਰਕਾਰ ਸੀ ਪਹਿਲਾਂ, ਮੈਂ ਕਾਂਗਰਸ ਤੋਂ ਠੇਕੇ ਲੈਣੇ ਜਾਂ ਮੇਰਾ ਕੰਮ ਪੰਜਾਬ 'ਚ ਹੈ, ਹੁਣ ਮੇਰਾ ਕੰਮ ਪੰਜਾਬ 'ਚ ਤਾਂ ਮੈਂ ਠੇਕੇ ਵੀ ਪੰਜਾਬ ਸਰਕਾਰ ਤੋਂ ਲੈਣੇ ਜਾਂ ਜਿਹੜੀਆਂ ਪਰਮਿਸ਼ਨਾਂ ਲੈਣੀਆਂ ਪੰਜਾਬ ਸਰਕਾਰ ਤੋਂ ਲੈਣੀਆਂ, ਠੀਕ ਹੈ, ਮੈਂ ਬੌਂਡ ਲੈ ਕੇ ਪੰਜਾਬ ਸਰਕਾਰ ਨੂੰ ਦਿੱਤੇ। ਇੱਕ ਰਿਸ਼ਵਤ ਦਾ ਜਾਂ ਕਹਿ ਲਓ ਫਿਰੌਤੀ ਦੇ ਲੀਗਲ ਵੇ, ਇੱਕ ਤਾਂ ਰਿਸ਼ਵਤ ਦਾ ਹੋ ਗਿਆ, ਫਿਰ ਫਿਰੌਤੀ ਇੱਕ ਤਾਂ ਰਿਸ਼ਵਤ ਦਾ ਹੋ ਹੀ ਗਿਆ, ਬਾਕੀ ਪਾਰਟੀ ਨੇ ਤਾਂ ਰਿਸ਼ਵਤ ਲਈ, ਰਿਸ਼ਵਤ ਲਈ ਵਾਲਾ ਕੰਮ ਹੋ ਸਕਦਾ ਹੈ, ਮਤਲਬ ਜਿਹੜੀ ਗੱਲਾਂ ਚੱਲਦੀਆਂ ਨੇ। ਲੇਕਿਨ ਮੇਨ ਸਰਕਾਰ ਤੇ ਨਾਮ ਕੀ ਲੱਗਦਾ, ਸੈਂਟਰ ਸਰਕਾਰ ਤੇ ਕੀ ਲੱਗਦਾ ਕਿ ਜੀ ਈਡੀ ਨੂੰ ਭੇਜ ਦਿੰਦੇ ਨੇ, ਉਹ ਤਾਂ ਕੇਸ ਪਾਤਾ, ਤਰੀਕਾ ਹੈ ਕੇਸ ਪੈ ਗਿਆ, ਉਦੋਂ ਬਾਅਦ ਬੰਦਾ ਕਹਿੰਦਾ ਬਾਈ ਜੀ ਬਚਾ ਲਓ, ਕੋਈ ਨੀ ਕਰਦੇ, ਫਿਰ ਇੱਕ ਨੰਬਰ 'ਚ ਅਗਲਾ ਪੈਸੇ ਦੇ ਗਿਆ, ਵਸੂਲੀ ਬਾਈ ਆਉਂਦੇ ਆ ਕਹਿੰਦੇ ਵੀ ਆ ਜਾਓ, ਕਿਵੇਂ ਕਿਉਣੀ ਹੈ ਅੰਦਰ ਜਾਣਾ ਹੈ ਕਿ ਛੱਡ ਨਾਲ ਸ਼ਾਮਿਲ ਹੋਣਾ ਹੈ, ਕੀ ਵੋਟ ਦੇਣੇ, ਦੋ ਤਿੰਨ ਤਰੀਕੇ ਆ, ਜਿਹੜੀ ਤਾਂ ਪਾਰਟੀ ਆ, ਜਿਹੜੇ ਤਾਂ ਕੋਈ ਮਤਲਬ ਹੈਗਾ ਬਿਜ਼ਨਸ ਬੰਦਾ, ਬਿਜ਼ਨਸ ਵਾਲਾ ਬੰਦਾ ਉਹ ਤਾਂ ਦਿੰਦਾ ਹੈ ਵੋਟ, ਵੋਟ ਦੇਣ ਦਾ ਚੰਦਾ, ਤੇ ਜਿਹੜਾ ਹੈਗਾ ਕੋਈ ਪੋਲੀਟੀਕਲ ਬੰਦਾ ਉਹਨੂੰ ਇਹੋ ਜਿਹਾ ਪਾ ਲੈਂਦੇ ਆ ਵੀ ਆ ਜਾ ਭਾਈ ਸਾਡੇ ਨਾਲ ਸ਼ਾਮਿਲ ਹੋ ਜਾਓ, ਤੇ ਬੜੇ ਨੇ ਹੁਣ ਜਿਵੇਂ ਇੱਕ ਤਾਂ ਆ ਹੋ ਗਿਆ ਅਰਵਿੰਦ ਕੇਜਰੀਵਾਲ ਦਾ, ਹਾਂ ਜੀ, ਜਿਹੜੇ ਬੰਦੇ ਦੀ ਗਵਾਹੀ ਦੇ ਅੰਦਰ ਅਰਵਿੰਦ ਕੇਜਰੀਵਾਲ ਅੰਦਰ ਹੋਇਆ, ਜਿਹਦੀ ਗਵਾਹੀ ਤਾਂ ਉਹਦੇ ਤੇ ਤਾਂ ਚੱਲ ਰਹੀ ਆ, ਉਹ ਬੰਦੇ ਨੇ 60 ਕਰੋੜ ਦੇ, ਉਹਨਾਂ ਬੰਦਿਆਂ ਨੇ, ਉਹਦੇ ਬਾਪੂ ਨੇ ਤੇ ਉਹਨਾਂ ਨੇ, ਉਹਨਾਂ ਦੀ ਕੰਪਨੀ ਨੇ 60 ਕਰੋੜ ਦਾ ਚੰਦਾ ਦਿੱਤਾ ਉਹਦੀ ਗ੍ਰਿਫਤਾਰੀ ਤੋਂ ਬਾਅਦ, ਉਹ ਬੰਦਾ ਗ੍ਰਿਫਤਾਰ ਹੋਇਆ ਸੀ। ਅੱਛਾ, ਜਿਸ ਦਿਨ ਉਹ ਸਰਕਾਰੀ ਗਵਾਹ ਬਣ ਗਿਆ, ਉਸ ਤੋਂ ਬਾਅਦ ਉਹਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਿਆਨ ਦਿੱਤਾ, ਤੇ ਉਸੇ ਬੰਦੇ ਨੇ ਉਹਨਾਂ ਟਾਈਮਾਂ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਨੇੜੇ ਤੇੜੇ 60 ਕਰੋੜ ਰੁਪਏ ਦਿੱਤਾ ਬੌਂਡ ਦਾ, ਉਹ ਗਿਆ ਕਿ ਨੂੰ ਬੀਜੇਪੀ ਨੂੰ ਉਹ ਦੱਸਦਾ। ਇੱਕ ਇੱਕ ਸਿੱਕਮ ਦੇ ਨੇੜੇ ਤੇੜੇ ਇੱਕ ਬੰਦਾ ਹੈਗਾ ਜਿਹਦਾ ਨਾਮ ਹੈ, ਜਿਹਨੂੰ ਆਪ ਲੋਕ ਜਾਣਦੇ ਹੋ ਲਾਟਰੀ ਕਿੰਗ ਦੇ ਨਾਮ ਤੇ, ਲਾਟਰੀ ਕਿੰਗ, ਹਾਂ ਲਾਟਰੀ ਕਿੰਗ, ਉਹ ਲਾਟਰੀ ਕਿੰਗ ਕਹਿੰਦੇ ਨੇ, ਬੰਦਾ ਦਾ ਕੰਮ ਕੀ ਹੈ, ਲਾਟਰੀਆਂ ਪਾਉਂਦਾ। ਉਹਨੇ ਸਾਰਿਆਂ ਵੱਧ ਯਾਰ ਉਹ ਸਾਰਿਆਂ ਵੱਧ ਜਿਹੜਾ ਚੰਦਾ, ਸਾਰਿਆਂ ਵੱਧ ਚੰਦਾ ਉਹਨੇ ਦਿੱਤਾ। ਅੱਛਾ, ਤਾਂ ਉਹ ਮਤਲਬ ਵੀ ਜਿਹੜਾ ਕੋਈ ਕਰਪਟ ਬੰਦਾ ਹੈ ਉਹ ਤੋਂ ਵੀ ਪੈਸੇ ਲੈ ਲੈਂਦੇ, ਨਾ ਨਹੀਂ ਕਰਦੇ, ਇਹ ਕਹਿੰਦੇ ਸਾਨੂੰ ਕੀ ਪਤਾ ਕੌਣ ਦੇ ਆ, ਆਏ ਕਿਵੇਂ ਆਏ, ਕਿਵੇਂ ਪਤਾ ਕੌਣ ਦੇ ਆ, ਇਹਨਾਂ ਨੂੰ ਆਏ ਨਹੀਂ ਸੀ ਨਾ ਪਤਾ ਵੀ ਸਾਹ ਮੰਗਿਆ ਜਾਊਗਾ ਵੀ ਕੌਣ ਦੇ ਗਿਆ, ਇਹਨਾਂ ਤਾਂ ਇਸ ਵਿੱਚ ਪਤਾ ਨਹੀਂ ਕੌਣ ਦੇ ਗਿਆ, ਪਰ ਹੁਣ ਜਦੋਂ ਹਿਸਾਬ ਦੇਣਾ ਪੈ ਗਿਆ ਆਪਣਾ ਕਿਤੇ ਹੋਣਾ ਪੈ ਰਿਹਾ, ਉਹ ਤਾਂ ਸੁਪਰੀਮ ਕੋਰਟ ਨੇ ਪਟਾਕੇ ਪਾਤੇ, ਹਾਂ ਬੈਂਡ ਵਜਾਤੀ ਪੂਰੀ, ਨੁਕਸਾਨ ਹੋ ਗਿਆ ਤਾਂ ਇਹਨਾਂ ਦਾ ਬਹੁਤ ਵੱਡਾ। ਹਾਲੇ ਤਾਂ ਮੈਂ ਤੁਹਾਨੂੰ ਛੋਟੀਆਂ ਚੀਜ਼ਾਂ ਦੱਸੀਆਂ, ਜਿਵੇਂ 2G ਘਟਾਲਾ ਯਾਰ, ਉਹ ਤੁਹਾਨੂੰ ਪਤਾ ਕਿ ਪਹਿਲਾਂ ਕਿਵੇਂ ਦੇ ਹੋਣਾ ਹੈ, ਜੇ ਮੰਨ ਲਓ ਮੈਂ ਰੂਲ ਬਣਾਉਣਾ ਹੈ ਤਾਂ ਫਿਰ ਮੈਂ ਬਾਹਲੀ ਗੱਲਾਂ ਕੀ ਦੱਸਾਂ, ਲੋਕ ਸਿਆਣੇ ਨੇ, ਮੰਨ ਲਓ ਰੂਲ ਬਣਾਤਾ ਤਾਂ ਕਹਿੰਦਾ ਵੀ ਭਾਈ ਤੂੰ ਆ ਜਾ, ਬਸ ਉਹ ਫਸਟ ਕਮ ਫਸਟ ਸਰਵਿਸ ਨਿਬੜ ਕੇ ਕੰਮ। ਏਅਰਟੈਲ ਭਾਰਤ ਦੇ ਉੱਤੇ ਜਿਹੜੀ ਕੰਪਨੀ ਘਾਟੇ 'ਚ ਚੱਲ ਰਹੀ ਹੈ, ਉਹਦੀ ਕੰਪਨੀ, ਉਹਦੀ ਸਿਸਟਮ ਕੰਸਰਨ ਨੂੰ ਉਹਨੇ 100 ਕਰੋੜ ਦੇ ਨੇੜੇ ਤੇੜੇ ਚੰਦਾ ਦਿੱਤਾ, ਉਹਦੀ ਸਿਸਟਮ ਕੰਸਰਨ ਨੂੰ ਉਹ ਠੇਕਾ ਮਿਲਿਆ, ਉਹ ਸਪੈਕਟਰਮ ਮਿਲਿਆ ਸੈਟੇਲਾਈਟ ਦਾ। ਮਤਲਬ ਵੀ ਦਾਲ ਚ ਕਾਲਾ ਤਾਂ ਹੈਗਾ ਵੀ ਦੁੱਧ ਦੇ ਉੱਤੇ ਨਹੀਂ ਹੈਗੇ ਇਹ ਆਪਾਂ, ਇਹ ਤਾਂ ਸਾਰਾ ਸਾਹਮਣੇ ਖੁੱਲ ਰਿਹਾ ਜੀ, ਧੋਤੀ ਹੋਰ ਖੁੱਲੂ ਗਏ ਨੇ, ਇਹ ਤਾਂ ਰੋਜ਼ ਲੋਕ ਲੱਗੇ, ਦੇਖੋ ਹਾਲੇ ਤਾਂ ਲੋਕ ਲੱਗੇ ਹੋਏ ਨੇ। ਜੇ ਮੈਂ ਤੁਹਾਨੂੰ ਗਣਾਨ ਤੇ ਆਇਆ ਨਾ, ਇਹ ਵੀਡੀਓ ਜਿਹੜੀ ਆਪਾਂ ਬਣਾ ਰਹੇ 2 ਘੰਟੇ ਦੀ ਵੀਡੀਓ ਹੋ ਜਾਊ, ਇੰਨੇ ਘੁਟਾਲੇ ਨਿਕਲਣਗੇ, ਇੰਨੇ ਹਰ ਕੰਪਨੀ ਨੇ ਦਿੱਤੇ ਆ। ਹਾਂ ਤਾਂ ਮੈਨੂੰ ਜਿਹੜੇ ਯਾਰ ਮੈਂ ਤੁਹਾਨੂੰ ਉਹ ਦੱਸੀ, ਇਹਦੇ ਮੈਂ ਲਿਸਟ ਕਰ ਲਈ ਤਾਂ ਪਤਾ ਨੀ ਗੱਲ ਕਿੱਥੇ ਜਾਊਗੀ, ਘੁਟਾਲਿਆਂ ਦੀ ਲੜੀ ਨਿਕਲੂਗੀ। ਮੈਂ ਤੁਹਾਨੂੰ ਲਿਸਟ ਦੱਸਾਂ, ਆਹ ਲਓ, ਆਹ ਹੁੰਦਾ ਹੈ ਇਲੈਕਟੋਰਲ ਬੋਰਡ ਜੀ, ਠੀਕ ਹੈ, ਆਹ ਫੋਟੋ ਲਾ ਰਹੇ,
इलेक्ट्रोल बोर्ड है, बस जाके तुसी आए खरीद लेना, कुछ नहीं लिखा है, कल डेट लिखी होंगी, डेट लिखा होता किन्ने पे, बस आज जो हजार रुपए का अप्रैल 2022 च रेट पई, उन्होंने बॉन्ड खरीदे अप्रैल 7 नूं उस महीने 100 करोड़ दे, 100 करोड़ दे। हाँ, उस तो बाद 2022 नूं फिर दोबारा रेट पई उन्होंने। हाँ, जुलाई 6, 2022 75 करोड़ फिर बॉर्ड कर देंगे। अच्छा, इसी कंपनी ने फ्यूचर गेम दसी है ना, उस तो बाद सितंबर 2022 को फिर रेट पाई, फिर अक्टूबर 6, 2022 105 करोड़ फिर खरीदे उन्होंने। ये सारे गए कितने तुम आप हिसाब ला लो। उस तो बाद अप्रैल 2023 रेट पाई, अप्रैल 5, 2023 90 करोड़ की 90 करोड़ के बॉर्ड उन्होंने फिर खरीदे। कुल किन्ने ले लिए इन्होंने? कुल 11,000 करोड़ रेट तक पहुंचे हुए जी। हम जो आप कह लीए कंपनी दसेंगे कि घाटे च गई, नहीं ये घाटे च नहीं है, यहाँ सिस्टम ही हो रहा है, इनका काम की है वो पाँदी है, फ्यूचर गेम ही है। दो नंबर च है, दो नंबर, एक नंबर नहीं काम है, दो नंबर का ही है। मतलब जो इन्होंने घाटा शो करता या कुछ भी आप कह लिए, जेडे सरकारी खजाना पैसे जाने, इन्होंने घाटा नहीं पता, एक सारी कंपनियों ने घाटे से नहीं भाई, कई प्रॉफिट से भी नहीं, टोटल इन्हें खरीदे 1368 करोड़ के बॉन्ड खरीदे ने, 1368 करोड़ वेदांता नाम तो सारे ने सुने, वड्डी कंपनी ठीक है। मार्च भाई अप्रैल 8 नूं 25 करोड़ दे बॉन्ड खरीदे वेदांता ने, फिर अगस्त च भाई जुलाई 7 नूं 25 करोड़ दे बॉन्ड। हां, आ लिस्ट है जी, मैं एक टोटल 161.75 करोड़ दे बॉन्ड इन्होंने खरीदे। उस तो बाद आ जाओ यूनाइटेड फॉस्फोरस, ठीक है, जनवरी दे विच रेट पई 2020 नूं, नवंबर 15, 2022 नूं 50 करोड़ दे बॉन्ड लिते आ। अरबिंदो फार्मा, अरबिंदो फार्मा हो गई है जिन्होंने गल कर रहे हैं जो कि केजरीवाल के खिलाफ बंदे ने अच्छा हो सौ बंदे नवंबर 2022 करोड़ के बॉन्ड खरीदे उन्हें आदि नाम से उस बार इन्होंने होर कंपनियां ने कंपनियां चक्या जी बहुत तगड़ा गया हूँ हीरो फार्मा ग्रुप हीरो मोटोकॉप अपने हीरो मोटरसाइकिल हीरो अपनी मर्जी है ठीक है रश्मि ग्रुप डीएलएफ ग्रुप डीएलएफ नहीं जानते डीएलएफ भी अप्रैल 2014 इन्होंने रेड पाई सी हाँ अक्टूबर सन 2022 वीक करोड़ के बॉन्ड खरीदे उन्होंने तो मुड़ के रेड वाला ने नपड़ जाता फिर उसे आपे देख लो बंदे अंदर है नहीं है रेड में बैठ गए मैं हूँ मैं यही तो रोला है कि गल है कि रेड रेड पै गई कि चलिए जाऊगा एक्सल लेना नहीं लेना वो तो फिर अपनी मर्जी है ठीक है रश्मि ग्रुप डीएलएफ ग्रुप डीएलएफ नहीं जानते डीएलएफ भी अप्रैल 2014 इन्होंने रेड पाई अक्टूबर 9, 2019 इन्होंने 25 करोड़ के बॉन्
ਜਾਂ ਪਬਲਿਕ ਦੇ ਹੁਣ ਤੁਸੀਂ ਦੇਖ ਲਓ ਪਬਲਿਕ ਦਾ ਕੀ ਫਾਇਦਾ ਇਹਦੇ ਚ ਵੈਸੇ ਇਹਦਾ ਪਬਲਿਕ ਪਬਲਿਕ ਦਾ ਕਿਸੇ ਕੋਈ ਫਾਇਦਾ ਨਹੀਂ ਆਪਣੇ ਪੈਦਲ ਹੀ ਬਣਾਇਆ ਇਹ ਟੌਪ ਆਫ ਦੇਖੋ ਇੱਕ ਤਾਂ ਸੀ ਕਰੋਨੀ ਕੈਪੀਟਲਿਜ਼ਮ ਲੋਕੀ ਰੌਲਾ ਪਾ ਰਹੇ ਸੀ ਕਰੋਨੀ ਕੈਪੀਟਲਿਜ਼ਮ ਜਿਹੜੀ ਅਮਰੀਕਾ 'ਚ ਚੱਲਦੀ ਹੈ ਹਰ ਜਗ੍ਹਾ ਰੌਲਾ ਪੈਂਦਾ ਸੀ ਕਰੋਨੀ ਕੈਪੀਟਲਿਜ਼ਮ ਦਾ ਕਿ ਜੀ ਚੰਦਾ ਦਿਓ ਦੰਦਾ ਲਓ ਜਿਹੜੀ ਵੱਡੀ ਕੰਪਨੀਆਂ ਪੈਸਾ ਦਿੰਦੀਆਂ ਸੀ ਕਿ ਬਈ ਸਾਡੇ ਹਿਸਾਬ ਨਾਲ ਸਾਨੂੰ ਕੰਮ ਕਰਨ ਵਾਸਤੇ ਸੌਖਾ ਹੋਵੇ ਸਾਡੇ ਹਿਸਾਬ ਨਾਲ ਤੁਸੀਂ ਕਾਨੂੰਨ ਬਣਾ ਦੇ ਇੱਕ ਤਾਂ ਉਹ ਸੀ ਉਹ ਤਾਂ ਕਰੋਨੀ ਕੈਪੀਟਲਿਜ਼ਮ ਸੀ ਇਹ ਨਾ ਐਕਸਟੋਰਸ਼ਨ ਦੇ ਦੱਸੀ ਇੱਕ ਤਰ੍ਹਾਂ ਨਾਲ ਐਕਸਟੋਰਸ਼ਨ ਹੀ ਹੋ ਗਈ ਨਾ ਜੀ ਐਕਸਟੋਰਸ਼ਨ ਆਊ ਹੁਣ ਸਾਰੇ ਕਹਿੰਦੇ ਜੀ ਐਕਸਟੋਰਸ਼ਨ ਹੈ ਕਿਵੇਂ ਜਿਵੇਂ ਕਿ ਈਡੀ ਸੀ ਬੀ ਆਈ ਦੀ ਰੇਡਾਂ ਪਵਾ ਦਿਓ ਜੀ ਐਸ ਟੀ ਦੀ ਇਨਕਮ ਟੈਕਸ ਦੀ ਰੇਡ ਪਵਾ ਦਿਓ ਠੀਕ ਹੈ
ਰੇਡ ਪੈ ਗਈ, ਉਸ ਤੋਂ ਬਾਅਦ ਅਗਲਾ ਆਪੇ ਚੜਦਾ ਰਹਿ ਗਿਆ ਹੋਊਗਾ, ਭੱਜਣ ਨੂੰ ਥਾਂ ਨਹੀਂ ਅਗਲੇ ਕੋਲੇ, ਭੱਜਣ ਨੂੰ ਥਾਂ ਮਰਦਾ ਕੀ ਨਾ ਕਰਦਾ, ਫਿਰ ਚੰਦਾ ਹੀ ਦਿੰਦਾ। ਹਾਂ, ਫਿਰ ਉਸ ਤੋਂ ਬਾਅਦ ਬੀਜੇਪੀ ਕਹਿੰਦੇ ਸਾਫ਼ ਹੈ, ਬੀਜੇਪੀ ਸਾਫ਼ ਕਿਵੇਂ ਮੰਨਦੇ ਹੋ, ਜਿਹੜੇ ਬੰਦੇ 'ਤੇ ਰੇਡ ਪਈ, ਪੋਲੀਟੀਸ਼ਨ 'ਤੇ ਜਿਹੜੇ 'ਤੇ ਰੇਡ ਪੈਂਦੀ ਸੀ, ਚਾਹੇ ਉਹ ਮਹਾਰਾਸ਼ਟਰ ਹੈ, ਚਾਹੇ ਉਹ ਬਾਕੀ ਥਾਵਾਂ ਨੇ, ਠੀਕ ਹੈ, ਸ਼ਿੰਦੇ ਗਰੁੱਪ ਤੁਹਾਡਾ, ਆਹ ਆਪਣੇ ਆਹ ਪਵਾਰ ਸਾਹਿਬ ਮਹਾਰਾਸ਼ਟਰ ਵਾਲੇ, ਠੀਕ ਹੈ, ਹੋਰ ਇਹੋ ਜਿਹੇ ਬਹੁਤ ਨੇ ਜਿਨ੍ਹਾਂ 'ਤੇ ਰੇਡ ਪਈ, 10 ਦਿਨਾਂ ਬਾਅਦ ਬੀਜੇਪੀ 'ਚ ਆ ਗਏ, ਅਤੇ ਉਦੋਂ ਬਾਅਦ ਕੇਸਾਂ ਦਾ ਕੀ ਬਣਿਆ ਪਤਾ ਨਹੀਂ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਦੂਜੇ ਉਹ ਨੇ, ਤੁਸੀਂ ਕੀ ਹੋ, ਇਹਦਾ ਇਹਦੀ ਕੀ ਕੋਈ, ਇਹ ਜਿਹੜਾ ਬੋਲ ਦਾ ਇੰਨਾ ਕੁਛ ਨਿਕਲਿਆ, ਇਹਦੇ 'ਤੇ ਹਾਲੇ ਤੱਕ ਈਡੀ ਨੇ ਰੇਡ ਕਿਉਂ ਨਹੀਂ ਮਾਰੀ ਹੈ, ਈਡੀ ਨੇ ਇਹਦੇ 'ਤੇ ਸਿਸਟਮ ਕਿਉਂ ਨਹੀਂ ਸ਼ੁਰੂ ਕੀਤਾ, ਇਹਦੇ 'ਤੇ ਪੜਤਾਲ ਹੋਣੀ ਸ਼ੁਰੂ ਕਿਉਂ ਨਹੀਂ ਹੋਈ। ਮੈਂ ਕਹਿੰਦਾ ਮੰਨ ਲਓ, ਚਲੋ ਬੀਜੇਪੀ ਕਹਿੰਦੀ ਅਸੀਂ ਕੁਛ ਨਹੀਂ ਕੀਤਾ, ਗਲਤ ਨਹੀਂ ਕੀਤਾ, ਤਾਂ ਪਰ ਪੜਤਾਲ ਤਾਂ ਹੋਣੀ ਚਾਹੀਦੀ ਸੀ, ਕਿਉਂ ਨਹੀਂ ਹੋਈ? ਅਤੇ ਪੜਤਾਲ ਤਾਂ ਹੋਣੀ ਚਾਹੀਦੀ, ਜੇ ਮੰਨ ਲਓ ਕਿਸੇ ਤੋਂ ਆਪਾਂ ਪੈਸਾ ਲੈ ਰਹੇ ਹਾਂ, ਆਪਾਂ ਨੂੰ ਕਿਸੇ ਪਾਸੋਂ ਪੈਸਾ ਆ ਰਿਹਾ, ਵੱਡੀ ਵੰਡੀ ਆ ਰਹੀ, ਤਾਂ ਆਪਾਂ ਦੇਖਾਂਗੇ ਤਾਂ ਸਹੀ ਨਾ ਕੌਣ ਕਿੱਥੋਂ ਦੇ ਰਿਹਾ, ਕਿਉਂ ਦੇ ਰਿਹਾ। ਖਾਸ ਕਰ ਜਿੱਥੇ ਆ ਤਾਂ ਜੁੜ ਰਹੇ ਹੋ, ਤੁਹਾਡੇ ਸਾਹਮਣੇ ਡੇਟਾ ਹੈ ਕਿ ਆਹ ਰੇਡ ਹੋਈ, ਉਨਾਲ ਦੇ ਨਾਲ ਬੋਰਡ ਖਰੀਦ ਲਏ ਗਏ, ਰੇਡ ਹੋਈ ਬੋਰਡ ਖਰੀਦ ਲਏ ਗਏ, ਸਮਝਦਾਰ ਆਪੇ ਦੇਖ ਲੈਣਗੇ। ਬਸ ਅਸੀਂ ਨਹੀਂ ਕਹਿੰਦੇ ਕਿ ਪੈਸੇ ਦਿੱਤੇ ਜਾਂ ਨਹੀਂ ਦਿੱਤੇ, ਹੁਣ ਤੁਸੀਂ ਦੱਸੋ ਪੈਸੇ ਦਿੱਤੇ ਨਹੀਂ ਦਿੱਤੇ, ਤੁਸੀਂ ਸਮਝਦਾਰ। ਆਪਾਂ ਨੂੰ ਬਹੁਤ ਪਤਾ, ਥੈਂਕ ਯੂ ਜੀ ਵਿਕੇ ਜੀ, ਥੈਂਕ ਯੂ। ਸੋ ਉਹ ਕਹਿੰਦੇ ਹੁੰਦੇ ਕਿ ਮੋਦੀ ਆ ਤਾਂ ਮੁਮਕਿਨ ਹੈ, ਸਾਰਾ ਕੁਛ ਹੋ ਸਕਦਾ। ਸੋ ਇਹ ਵੀਡੀਓ ਸੀ ਫੈਕਟ ਦੇ ਆਧਾਰ 'ਤੇ ਹੈ ਨਾ, ਜੋ ਵੀ ਡਾਕੂਮੈਂਟਸ ਹੈ ਉਹ ਆਪਾਂ ਇੱਕ ਡਰਾਈਵ ਬਣਾ ਕੇ ਉਹਦੇ ਵਿੱਚ ਅਪਲੋਡ ਕਰ ਦਾਂਗੇ, ਤੁਸੀਂ ਵੈਰੀਫਾਈ ਵੀ ਕਰ ਦੋਗੇ, ਉੱਪਰ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਦੇ ਦਿਆਂਗੇ, ਡਿਸਕ੍ਰਿਪਸ਼ਨ 'ਤੇ ਕਲਿੱਕ ਕਰਕੇ ਤੁਸੀਂ ਸਾਰੇ ਉਹ ਪੇਜਸ ਦੇਖ ਲਓਗੇ, ਸਾਰੀ ਰਿਪੋਰਟਸ ਉਹ ਪਈਆਂ ਸਾਰੇ ਕਿਤੇ। ਉਹ ਅਸੀਂ ਨਹੀਂ ਕਹਿ ਰਹੇ, ਬਹੁਤ ਵੱਡੇ ਵੱਡੇ ਹਿੰਦੀ ਦੇ ਨਿਊਜ਼ ਚੈਨਲ ਹੋਰ ਦੱਸ ਦੇਣਾ ਹਰ ਚਲਾ ਰਹੇ ਇਹ ਜਿਹੜਾ ਅਗਰ ਡੇਟਾ ਤੁਸੀਂ ਲੈਣਾ ਹੈ, ਜਿਹੜਾ ਡੇਟਾ ਦੀ ਅਸੀਂ ਗੱਲ ਕਰ ਰਹੇ ਹਾਂ, ਜਿੱਥੋਂ ਅਸੀਂ ਕੱਢਿਆ ਉਹ ਡੇਟਾ ਹੈ, ਇਲੈਕਸ਼ਨ ਕਮਿਸ਼ਨਰ ਦੀ ਵੈਬਸਾਈਟ 'ਤੇ ਜਾਓ, ਉੱਥੋਂ ਮਿਲ ਜਾਏਗਾ, ਉੱਥੇ ਬੋਂਡ ਡੇਟਾ ਸਾਰਾ ਹੈ, ਬੋਂਡ ਦਾ ਨੰਬਰ, ਕਿੰਨੇ ਦੇ ਬੋਂਡ, ਕਿਹਨੇ ਕਿੰਨੇ ਬੋਂਡ ਖਰੀਦੇ ਗਏ, ਕਿੰਨੇ ਪੈਸਿਆਂ ਦੇ ਬੋਂਡ ਖਰੀਦੇ ਗਏ, ਕਿਹਨੇ ਖਰੀਦੇ, ਕਿਹੜੀ ਪਾਰਟੀ ਨੂੰ ਮਿਲੇ, ਸਾਰਾ ਡੇਟਾ ਉੱਥੇ ਪਿਆ। ਦੋ ਅਲੱਗ ਅਲੱਗ ਫਾਈਲਾਂ, ਦੋਨਾਂ ਨੂੰ ਮਿਲਾ ਲਿਆ, ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜਾ ਬੋਂਡ ਕਿਹਨੂੰ ਗਿਆ ਸੀ। ਜੀ, ਤਾਂ ਉਹਦਾ ਸਰਵ ਤੁਸੀਂ ਮਿਲਾ ਸਕਦੇ ਹੋ ਨਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ 'ਤੇ ਪਿਆ। ਇਹਨੂੰ ਵੀਡੀਓ ਨੂੰ ਕਰ ਦਿਓ ਸ਼ੇਅਰ ਅਤੇ ਲਾਈਕ, ਜਿਹੜੇ ਬੰਦੇ ਕਹਿੰਦੇ ਆ ਕਿ ਜੀ ਬੀਜੇਪੀ ਤਾਂ ਦੁੱਧ ਦੋਤੀ ਹੈ, ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ, ਅਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਈ ਹੁਣੇ, ਕਿਉਂਕਿ ਕਟਾਕੜ ਵੀਡੀਓ ਹੋਰ ਇਸ ਤੋਂ ਬਾਅਦ ਆਉਣੀ ਹੈ, ਅਤੇ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ, ਥੈਂਕ ਯੂ।